ਜਿਵੇਂ ਅਸੀਂ ਗੁਰਦਾਸ ਮਾਨ ਨੂੰ ਵੀ ਸਿਰ ਚੜਾਇਆ ਹੋਇਆ ਸੀ ਨਾ ਅੰਨੇ ਫੈਨ ਬਣ ਕੇ, ਆਹ ਦੇਖ ਲਓ। ਤੇ ਗੁਰਦਾਸ ਮਾਨ ਦਾ ਕਿਰਦਾਰ ਤੁਹਾਨੂੰ ਪਹਿਲਾਂ ਵੀ ਦੱਸ ਦੇਣਾ, KPS ਗਿੱਲ ਦਾ ਕਟੜ ਯਾਰ ਰਿਹਾ ਹੈ ਜਿਹਨੇ ਹਜ਼ਾਰਾਂ ਮੁੰਡਾ ਪੰਜਾਬ ਦਾ ਬੇਕਸੂਰ ਮਾਰਿਆ, ਉਹ ਗੁਰਦਾਸ ਮਾਨ ਹੈ ਜਿਹਨੂੰ ਸਾਡੇ ਲੋਕਾਂ ਨੇ ਚੱਕਿਆ ਹੋਇਆ ਸੀ। ਇਹ ਮਾਨ ਹੈ ਜੀ, ਇਹ ਮਾਨ ਹੈ। ਇਹ ਲੋਕ ਜਦੋਂ ਸਿਰ ਚੜ੍ਹਦੇ ਆ ਨਾ ਤੇ ਫਿਰ ਤੰਗ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਪਿਛਲੇ ਕਈ ਦਿਨਾਂ ਤੋਂ ਅਲੱਗ ਅਲੱਗ ਕਾਰਨਾਂ ਕਰਕੇ ਪੰਜਾਬ ਦੇ ਕਈ ਗਾਇਕਾਂ ਦਾ ਵਿਰੋਧ ਹੋ ਰਿਹਾ ਹੈ, ਜਿਸ ਵਿੱਚ ਕਈ ਵੱਡੇ ਵੱਡੇ ਨਾਮਵਰ ਗਾਇਕ ਵੀ ਸ਼ਾਮਲ ਹਨ। ਪਿਛਲੇ ਦਿਨੀ ਗੁਰਦਾਸ ਮਾਨ ਨੇ ਇੱਕ ਰੇਡੀਓ ਚੈਨਲ ਦੇ ਇੰਟਰਵਿਊ ਦੌਰਾਨ ਪੰਜਾਬੀ ਭਾਸ਼ਾ ਬਾਰੇ ਕਾਫੀ ਕੁਝ ਬੋਲਿਆ ਸੀ। ਹਰ ਸ਼ਬਦ ਜਿਹੜਾ ਹੁਣ ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ ਕਿ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ, ਜਿਹਦੇ 'ਚ ਉਰਦੂ ਵੀ ਹੋਵੇ, ਜਿਹਦੇ 'ਚ ਪੰਜਾਬੀ ਵੀ ਹੋਵੇ, ਸਾਰੇ ਅੱਖਰ ਜਿਹੜੇ ਸਾਂਝੇ ਉਹ ਸ਼ਾਮਿਲ ਹੋ ਜਾਣ, ਤਾਂ ਮੇਰਾ ਖਿਆਲ ਹੈ ਤਾਂ ਕੋਈ ਬੁਰੀ ਗੱਲ ਨਹੀਂ, ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ, ਹਿੰਦੀ ਗਾਣੇ ਵੀ ਸੁਣਦੇ ਆ ਅਸੀਂ ਰੋਜ਼। ਜੇ ਤੁਸੀਂ ਉਹ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ, ਤੁਸੀਂ ਲਿਖ ਵੀ ਸਕਦੇ। ਬਿਲਕੁਲ, ਜੇ ਮਾਂ ਬੋਲੀ 'ਤੇ ਅਸੀਂ ਇੰਨਾ ਜ਼ੋਰ ਦੇ ਰਹੇ ਤਾਂ ਮਾਸੀ 'ਤੇ ਵੀ ਜ਼ੋਰ ਦੇਣਾ ਚਾਹੀਦਾ, ਮਾਸੀ ਨੂੰ ਵੀ ਬਹੁਤ ਪਿਆਰ ਕਰਦੇ। ਇਸ ਸਭ ਤੋਂ ਬਾਅਦ ਉਹਨਾਂ ਦਾ ਕਾਫੀ ਵਿਰੋਧ ਹੋਣ ਲੱਗਿਆ। ਇਸ ਦਾ ਜਵਾਬ ਦਿੰਦਿਆਂ ਉਹਨਾਂ ਵੱਲੋਂ ਇੱਕ ਸ਼ੋਅ ਦੌਰਾਨ ਵਿਰੋਧ ਕਰ ਰਹੇ ਲੋਕਾਂ ਨੂੰ ਛੜਿਓ, ਅਮਲੀਓ ਤੇ ਆਸ਼ਕੋ ਕਿਹਾ ਗਿਆ ਤੇ ਉਹਨਾਂ ਵੱਲੋਂ ਕਈ ਹੋਰ ਵੀ ਅਪਸ਼ਬਦ ਬੋਲੇ ਗਏ ਜੋ ਇਹੋ ਜਿਹੇ ਹਨ ਕਿ ਅਸੀਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ, ਪਰ ਤੁਸੀਂ ਆਪ ਹੀ ਸੁਣ ਲਵੋ। ਛੜਿਓ, ਅਮਲੀਓ, ਆਸ਼ਕੋ ਗੱਲ ਸੁਣ ਲਓ, ਰੰਗ ਚਿਹਰੇ ਦਾ ਫਿੱਕਾ ਨਹੀਂ ਪੈਣ ਦੇਣਾ, ਡੰਡ ਬੈਠਕਾ ਮਾਰ ਕੇ ਪਿੱਟ ਲੈਣਾ, ਮਾੜੇ ਮੁੰਡੇ ਨੂੰ ਕੋਲ ਨਹੀਂ ਬਹਿਣ ਦੇਣਾ, ਮਰੋੜ ਕੇ ਪੱਤੀ ਬਣਾ ਕੇ ਲੈ। ਉਹਨੂੰ ਪੁੱਛਿਆ ਜਾਂਦਾ ਤਾਂ ਤੈਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ, ਉਹ ਸਾਈਕਲ ਤੇ ਤੁਰਿਆ ਫਿਰਦਾ ਹੁੰਦਾ ਸੀ ਤੂੰ ਕਿਸੇ ਸਮੇਂ ਪੰਜਾਬ ਦੇ ਵਿੱਚ। ਇਹਨੂੰ ਪੁੱਛੋ ਤਾਂ ਗੁਰਦਾਸ ਮਾਨ ਵਰਗਿਆਂ ਨੂੰ, ਇਹਨੇ ਕਦੇ ਫੁੱਟੀ ਗੋਡੀ ਦਿੱਤੀ ਆ? ਇਹ ਲੋਕ ਸਾਡੇ ਤੋਂ ਡਾਲਰ ਦੱਬ ਕੇ ਲੈ ਜਾਂਦੇ, ਲੁੱਟ ਕੇ ਲੈ ਜਾਂਦੇ ਆ। ਇਹ ਲੋਕ ਬਾਰ ਬਾਰ ਇਹ ਚੁਟਕਲੇ ਲਿਖਦੇ ਆ ਗੁਰਦੁਆਰਾ ਸਾਹਿਬਾਨ ਦੇ ਉੱਤੇ ਵੀ ਧਰਮ ਦੇ ਲਾ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਫਲਾਨਾ। ਇਹਨਾਂ ਨੂੰ ਪੁੱਛੋ ਤੁਸੀਂ ਕਿਹੜਾ ਟੋਲੇ ਬਣਾਏ ਹੋ ਆ, ਤੁਸੀਂ ਲੋਕਾਂ ਨੂੰ ਠਗਾਉਂਦੇ ਅਸਲ ਦੇ ਵਿੱਚ, ਇਹ ਠੱਗ ਅਸਲੀ ਇਹ ਆ ਤੁਹਾਡੀਆਂ ਕਿਰਤ ਕਮਾਈਆਂ ਨੂੰ ਲੁੱਟਣ ਵਾਲੇ। ਜਦੋਂ ਉਹਨਾਂ ਦੇ ਇਹਨਾਂ ਸ਼ਬਦਾਂ ਦਾ ਵਿਰੋਧ ਇੱਕ ਸਿੱਖ ਵੱਲੋਂ ਉਹਨਾਂ ਦੇ ਅਗਲੇ ਕੈਨੇਡਾ ਸ਼ੋਅ ਵਿੱਚ ਕੀਤਾ ਗਿਆ ਕਿ ਚਿੱਟੀਆਂ ਦਾੜੀਆਂ ਵਾਲੇ ਕਿਹੜੇ ਪਾਸਿਓਂ ਤੁਹਾਨੂੰ ਆਸ਼ਕ ਲੱਗਦੇ ਹਨ, ਤਾਂ ਗੁਰਦਾਸ ਮਾਨ ਨੇ ਜੋ ਜਵਾਬ ਦਿੱਤਾ ਉਹ ਵੀ ਤੁਸੀਂ ਸੁਣ ਲਵੋ। ਇਨਸਾਨ ਦੇ ਅੰਦਰ ਇੱਕ ਜੀਵ ਬੈਠਾ, ਉਹ ਕਿਸੇ ਵੀ ਗੱਲ ਹੋ ਸਕਦਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਗੁਰਦਾਸ ਮਾਨ ਸਾਹਿਬ ਆਪਣੀ ਜਗ੍ਹਾ ਤੇ ਸਹੀ ਹਨ ਜਾਂ ਗਲਤ। ਇਸ ਦੇ ਨਾਲ ਹੀ ਇਸੇ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।